ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੰਨੇ ਵੀ ਮੇਰੇ ਫੇਸਬੁੱਕ ਦੇ ਉੱਤੇ ਮੇਰਾ ਹਲਕਾ ਭਲੱਥ ਦੇ ਨਾਲ ਗੋਰੇ ਗਿਰ ਦੇ ਨਾਲ ਜੁੜੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। 2-4 ਦਿਨ ਪਹਿਲਾਂ ਸੁਖਪਾਲ ਸਿੰਘ ਖਹਿਰਾ ਵੱਲੋਂ ਹਲਕਾ ਭਲੱਥ ਵਾਸੀਆਂ ਨੂੰ ਸੰਬੋਧਨ ਕੀਤਾ ਗਿਆ ਸੀ ਅਤੇ ਕੁਛ ਐਲੀਗੇਸ਼ਨ ਲਾਏ ਗਏ ਸੀਗੇ ਅਤੇ ਕੁਛ ਸਪਸ਼ਟੀਕਰਨ ਦਿੱਤੇ ਗਏ ਸੀਗੇ। ਸਪਸ਼ਟੀਕਰਨ ਇਹ ਦਿੱਤੇ ਗਏ ਸੀਗੇ ਕਿ ਮੇਰੇ ਵੱਲੋਂ ਸਿਆਸੀ ਤੌਰ ਦੇ ਉੱਤੇ ਕੋਈ ਫੈਸਲੇ ਗਲਤ ਵਲਤ ਲਏ ਜਾ ਸਕਦੇ ਆ ਅਤੇ ਸਾਨੂੰ ਸਾਡੀ ਜਿਹੜੀ ਹੋਂਦ ਵੀ ਸਾਨੂੰ ਸਾਡੇ 'ਤੇ ਇਲਜ਼ਾਮ ਲੱਗ ਰਹੇ ਆ ਕਿ ਅਸੀਂ 50 ਸਾਲ ਦੇ ਵਿੱਚ ਕੀਤਾ ਕੁਛ ਨਹੀਂ ਗਾ। ਖਹਿਰਾ ਸਾਹਿਬ ਨੇ ਸੁਖਪਾਲ ਜੀ ਅਤੇ ਇਹਨਾਂ ਦੇ ਫਾਦਰ ਸਾਹਿਬ ਸੁਖਜਿੰਦਰ ਸਿੰਘ ਜੀ ਨੇ, ਫਿਰ ਇਹਨਾਂ ਨੇ ਹੋਰ ਵੀ ਬੜਾ ਕੁਛ ਕਿਹਾ ਕਿ ਹਲਕਾ ਭਲੱਥ ਨਾਲ ਸਾਡੀ ਸਾਂਝ ਜਿਹੜੀ ਹੈਗੀ ਆ ਉਹ 50 ਸਾਲਾਂ ਦੀ ਆ ਅਤੇ ਅਸੀਂ ਬਹੁਤ ਵੋਟਾਂ ਤੋਂ ਉੱਪਰ ਉੱਠ ਕੇ ਅਸੀਂ ਜੁੜੇ ਹੋਏ ਹਾਂ ਅਤੇ ਹੋਰ ਇਹਦਾ ਵਿਕਾਸ ਕਰ ਜਾਂਦੇ ਉੱਤੇ ਦੀ ਅਤੇ ਇਸ ਸੰਬੰਧ ਦੇ ਵਿੱਚ ਦੋਸਤੋ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਕਿ ਉਸ ਗੱਲ ਦਾ ਜਵਾਬ 2-4 ਦਿਨ ਲੇਟ ਦੇਣ ਦਾ ਕਾਰਨ ਇਹ ਸੀਗਾ ਕਿ ਹਲਕੇ ਦੇ ਵਿੱਚ ਪ੍ਰੋਗਰਾਮਾਂ ਦੇ ਰੁਝੇਵੇਂ ਥੋੜ੍ਹੇ ਜਿਹੇ ਬਿਜ਼ੀ ਸੀਗੇ। ਮੈਂ ਚਾਹੁੰਦਾ ਸੀਗਾ ਕਿ ਜਿਹੜਾ ਫ੍ਰੀ ਹੋ ਕੇ ਥੋੜ੍ਹਾ ਜਿਹਾ ਸਮਾਂ ਹੋਵੇ ਅਤੇ ਗੱਲ ਜਿਹੜਾ ਵਿਸਤਾਰ ਪੂਰਵ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਅਤੇ ਤਾਂ ਹੀ ਫਾਇਦਾ ਹੈ। ਅਤੇ ਅੱਜ ਪਹਿਲਾਂ ਮੈਂ ਕੋਸ਼ਿਸ਼ ਕੀਤੀ ਸੀ ਪਹਿਲਾਂ ਕਿ ਉਦੋਂ ਉੱਥੇ ਨੈਟਵਰਕ ਦੀ ਪ੍ਰੋਬਲਮ ਸੀ, ਇਸ ਲਈ ਹੁਣ ਦੁਬਾਰਾ ਤੁਹਾਡੇ ਨਾਲ ਲਾਈਵ ਹੋਇਆ ਵਾਂ। ਦੋਸਤੋ, ਹਲਕਾ ਭਲੱਥ ਦੇ ਸਾਰੇ ਹੀ ਮੇਰੇ ਸਤਿਕਾਰਯੋਗ ਵੋਟਰ, ਕਾਂਗਰਸ ਦੀ ਲੀਡਰਸ਼ਿਪ, ਦੇਖੋ ਕਾਂਗਰਸ ਦੀ ਲੀਡਰਸ਼ਿਪ ਚੰਗੀ ਤਰ੍ਹਾਂ ਜਾਣਦੀ ਆ ਕਿ ਸੁਖਪਾਲ ਸਿੰਘ ਖਹਿਰਾ ਇਹ ਕਹਿੰਦੇ ਨੇ ਕਿ ਸਾਨੂੰ 50 ਸਾਲ ਹੋ ਗਏ ਆ ਅਤੇ ਸਾਡੇ ਤੇ ਇਲਜ਼ਾਮ ਲੱਗ ਰਿਹਾ, ਸਾਨੂੰ ਬਦਨਾਮ ਕੀਤਾ ਜਾ ਰਿਹਾ ਕਿ ਅਸੀਂ ਕੀਤਾ ਕੱਖ ਨਹੀਂ। ਪਹਿਲੀ ਗੱਲ, ਪਿਛਲੇ 50 ਸਾਲਾਂ ਦੇ ਵਿੱਚ ਹਲਕਾ ਭਲੱਥ ਦੇ ਕਦੀ ਛੱਪੜਾਂ ਦੀ ਸਫਾਈ ਹੋਈ? ਹਲਕਾ ਭਲੱਥ ਨੂੰ ਛੱਡ ਦਿਓ, ਰਾਮਗੜ੍ਹ ਪਿੰਡ ਦੇ ਛੱਪੜ ਦੀ ਜੇ ਪਿਛਲੇ 50 ਸਾਲਾਂ ਦੇ ਵਿੱਚ ਸਫਾਈ ਹੋਈ ਹੋਵੇ ਤੇ ਸੁਖਪਾਲ ਸਿੰਘ ਖਹਿਰਾ ਜੀ ਦੱਸ ਦੇਣ ਕਿ ਮੈਂ ਕਰਾਈ ਸੀ ਜਾਂ ਮੇਰੇ ਪਿਤਾ ਜੀ ਨੇ ਕਰਾਈ ਸੀ, ਇਸ ਸਾਲ ਦੇ ਵਿੱਚ ਆਪਾਂ ਮਾਫ਼ੀ ਮੰਗ ਲਾਂਗੇ। 45 ਪਿੰਡਾਂ ਦੇ ਹਲਕਾ ਭਲੱਥ ਦੇ ਵਿੱਚ ਛੱਪੜਾਂ ਦੀ ਸਫਾਈ ਅਤੇ ਡੰਗਾਈ ਪਿਛਲੇ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਕਰਵਾਈ ਗਈ। ਉਹਦੇ ਵਿੱਚ ਪਿੰਡ ਰਾਮਗੜ੍ਹ ਦੇ ਵਿੱਚ, ਜੋ ਕਿ ਸੁਖਪਾਲ ਖਹਿਰਾ ਜੀ ਹੋਣਾਂ ਦਾ ਪਿੰਡ ਆ, ਇਸ ਪਿੰਡ ਦੇ ਵਿੱਚ ਵੀ ਤੁਸੀਂ ਹਲਕਾ ਭਲੱਥ ਦੇ ਲੋਕ ਸਾਰੇ ਲੰਘਦੇ ਹੋਗੇ ਅਤੇ ਉੱਥੇ ਛੱਪੜ ਦੀ ਸਫਾਈ ਦੇ ਨਾਲ ਨਾਲ ਉਹਦੀ ਬਾਉਂਡਰੀ ਜਿਹੜੀ ਉਹਨੂੰ ਕਵਰ ਕੀਤਾ ਕਿ ਉਹਦੇ ਵਿੱਚ ਕੋਈ ਪਿਛਲੇ ਸਮੇਂ ਇੱਕ ਬੱਚੇ ਦੀ ਨਾਲੀ ਦੇ ਵਿੱਚ ਜਾ ਕੇ ਉੱਥੇ ਰਾਮਗੜ੍ਹ 'ਚ ਮੌਤ ਹੋਈ ਸੀ, ਪਰ ਸਾਡੀ ਸੋਚ ਆ ਇਨਸਾਨੀ ਜੀਵਨ ਦੇ ਨਾਲ ਨਾਲ ਕੋਈ ਪਸ਼ੂ, ਕੋਈ ਡੰਗਰ ਜਾਂ ਰਾਹਗੀਰੀ, ਕਿਉਂਕਿ ਮੇਨ ਰੋਡ ਦੇ ਉੱਤੇ ਆ, ਕੋਈ ਕਿਸੇ ਦਾ ਨੁਕਸਾਨ ਨਾ, ਉਹਨੂੰ ਕਵਰ ਕੀਤਾ ਗਿਆ। ਸੁਖਪਾਲ ਸਿੰਘ ਜੀ, ਤੁਹਾਡੇ ਘਰ ਤੋਂ 100-150 ਫੁੱਟ ਦੀ ਦੂਰੀ 'ਤੇ ਛੱਪੜ ਆ, ਤੁਸੀਂ ਤੇ ਤੁਹਾਡੇ ਪਿਤਾ ਜੀ ਵੀ ਇਹ ਕੰਮ ਕਰਾ ਸਕਦੇ ਸੀ, ਤੁਸੀਂ ਨਹੀਂ ਕਰਾਇਆ। ਉਸ ਤੋਂ ਬਾਅਦ ਤੁਸੀਂ ਕੰਪਲੇਂਟ ਕੀਤੀ ਕਿ ਇਹ ਛੱਪੜਾਂ ਦੀ ਸਫਾਈ ਦੇ ਸੰਬੰਧ ਦੇ ਵਿੱਚ ਮਾਈਨਿੰਗ ਹੋਈ ਹੈ। ਜੇ ਮਾਈਨਿੰਗ ਹੋਈ ਆ ਤੇ ਤੁਹਾਡੇ ਘਰ ਦੇ 100-150 ਫੁੱਟ ਦੀ ਦੂਰੀ 'ਤੇ ਹੋਈ ਆ ਤੇ ਫਿਰ ਤੁਸੀਂ ਕੁੰਭ ਕਰਨ ਦੀ ਨੀਂਹ ਸੁੱਤੇ ਰਹੇ। ਅੱਜ ਛੱਪੜ ਨੂੰ ਤਿਆਰ ਹੋਏ ਨੂੰ 6 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਅਤੇ ਤੁਸੀਂ ਕੰਪਲੇਂਟ ਉਦੋਂ ਕੀਤੀ ਜਦੋਂ ਇਹਨੂੰ 6 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ। ਇਹ ਸਾਰੀਆਂ ਗੱਲਾਂ ਮੈਂ ਹਲਕਾ ਭਲੱਥ ਦੇ ਸਾਡੇ ਜਿੰਨੇ ਸਰਪੰਚ ਸਾਹਿਬਾਨ ਨੇ ਜਾਂ ਹੋਰ ਮੋਹਤਵਾਰ ਬੰਦੇ ਨੇ ਅਤੇ ਜਿੰਨੇ ਵੋਟਰ ਨੇ ਉਹਨਾਂ ਦੇ ਧਿਆਨ ਦੇ ਵਿੱਚ ਇਸ ਕਰਕੇ ਲਿਆਉਣਾ ਚਾਹੁੰਦਾ ਕਿ ਸੁਖਪਾਲ ਸਿੰਘ ਖਹਿਰਾ ਡਰਾਉਣਾ ਚਾਹੁੰਦਾ ਸਾਡੇ ਸਰਪੰਚਾਂ ਨੂੰ ਅਤੇ ਇੱਥੋਂ ਦੇ ਲੋਕਾਂ ਨੂੰ ਵੀ ਉਹ ਇਨਡਾਇਰੈਕਟਲੀ ਕਿ ਮੈਂ ਪਤਾ ਨਹੀਂ ਵਿਜੀਲੈਂਸ ਦੀਆਂ ਇਨਕੁਆਰੀਆਂ ਕਰਾ ਦੂੰਗਾ, ਜਾਂ ਕਿ ਕਹਿਣ ਦਾ ਮਤਲਬ ਹੈ ਵੀ ਜੇ 46-45 ਛੱਪੜ ਸਾਫ਼ ਹੋਏ, ਡੂੰਘੇ ਹੋਏ, ਤਾਂ ਉਹਨਾਂ ਦੀਆਂ ਵਿਜੀਲੈਂਸ ਦੀਆਂ ਇਨਕੁਆਰੀਆਂ ਹੋਣਗੀਆਂ। ਕਿਆ ਬਾਤ ਹੈ ਖਹਿਰਾ ਸਾਹਿਬ, ਤੁਸੀਂ ਤੇ ਕਦੀ ਡਿਵੈਲਪਮੈਂਟ ਤੁਸੀਂ ਕਹਿੰਦੇ ਤੁਸੀਂ ਆਪਣੇ ਉਹਦੇ 'ਚ ਜੋ ਤੁਸੀਂ ਲਾਈਵ ਹੋਏ ਹੋ ਫੇਸਬੁੱਕ 'ਤੇ, ਤੁਸੀਂ ਉਹ 'ਚ ਆਖਿਆ ਕਿ ਮੈਂ ਤੇ ਗਲੀਆਂ ਦੇ ਵਿੱਚ ਇੱਟਾਂ ਲਾਉਣੀਆਂ, ਸੀਮੈਂਟ, ਇੱਦਾਂ ਦੀ ਰਾਜਨੀਤੀ ਨਹੀਂ ਕਰਦਾ, ਮੈਂ ਤੇ ਪੰਜਾਬ ਦੀ ਰਾਜਨੀਤੀ ਕਰਦਾ ਵੱਡੇ ਲੈਵਲ 'ਤੇ, ਕਿਉਂਕਿ ਤੁਹਾਨੂੰ ਮਤਲਬ ਨਹੀਂ ਹੈਗਾ।
पिंडां दे गलियां दे हालात की आ, छप्पड़ां दे की हालात आ, पिंड च गंदगी किन्नी आ, क्योंकि इस हलका भलाप दे लोकां ने गलती की कीती कि तुहानूं वोटां पा के अपना एमएलए चुन लिया ते तुसीं ड्यूटी जिहड़ी निभाउणी सी विधानसभा दे विच अपने हलके दीआं प्रॉब्लमां कि पिंडां दा बेस की आ, जरूरतां की आ, जिस करके पिंडां दे लोकां ने तुहानूं वोटां पाईआं। एससी भरावां दे जंज घरां दा की हालात आ, एससी घरां भरावां दी शमशान घाट उन्होंने की हालात आ, ये तुम्हें ग्रांटा चाहिए तुम्हें मंग करनी सी, तुम रखी जाने कि मैंने तो सरकार के खजाने के जो है इन्ना बोझ आ, तो जो वित्त कमिशन ये जो है ये सेंटर का हों, सीधा अपना जो है अकाउंट चुना हों, सरकार ने कह रहा जी तुम चंकी तरह ये दसो कि जो वित्त कमिशन आ, ये वित्त कमिशन कोई सेंटर की सरकार साढ़े तेल से भी ये दी आ कि अपने को दी है, पंजाब के लोगों के टैक्स का पैसा आ, पंजाब के लोग जो अपनी मेहनत मजदूरी करते हैं वो टैक्स के रूप के किसी भी चीज़ की खरीद करते हैं, जी एस टी के रूप के वक्रे वक्रे टैक्सा के रूप से सेंटर को जाता, तो वह सेंटर पिंडा के डिवेलपमेंट के हिसाब न ठीक है तुम कि आबादी के हिसाब न उसके मुताबिक वो साढ़े पिंड पैसे भेजते हैं, तो असी वो पैसे अपने सरपंच अपने बी डी ओ ऑफिस, क्योंकि पंजाब सरकार की मुख्यमंत्री कैप्टन अमरिंदर सिंह जी की अगवाई के पैसा कितने लगना, कि पैसा वाटर की लगना, कि पैसा सीवरेज की नाले की लगना, कि पैसा गली की लगना, कि पैसे स्कूल तो ग्राउंड ग्राउंडा नहीं लगना, यह तय एक सिस्टम ने करना था। तो इंटरस्ट ही नहीं है, तुम आप बयान कर दिता कि मैं कोई गलिया नालिया कोई इंटरस्ट नहीं है, तो वो जो लोग उन्होंने गलिया नालिया रेंगे आ गंदगी रेंगे आ, जिन्होंने तुम वोट जी है पा के तुम बनाया, उन्होंने कहीं कोई जिम्मेवारी नहीं हैगी, पर कांग्रेस पार्टी कैप्टन अमरिंदर सिंह की सरकार आ, तो पार्टी ने तुम तो जा चुके थे 2017 तो पहला भी इलेक्शन के दौरान कांग्रेस पार्टी के गद्दार बन के, क्योंकि एन आर आई बैट सी तो तुम अपना यह देखा कि झाड़ू का रौला वाद है, एन आर आई भरावान ने झाड़ू के उत्ते विश्वास दिखा के उन्होंने वोटा पाती, एक फंड आना थी बहुत वड्डे लैवल से, तो उन्होंने देखद हो जंप मार के झाड़ू चले गए, एम एल ए भी बन गए, क्योंकि सारे एन आर आई भरावान ने कहा कि इस बार असं झाड़ू की सरकार बनाई है, तुम एम एल ए बन के सरकार नहीं बनी, लीडर ऑफ ओपोजिशन बन गए, तो ताडा ध्यान रुपये इकट्ठे करने वाल हो गया। जो आम आदमी पार्टी को पता लगा कि ये श्रीमान जी दूजे बने हो गए, उन्होंने तुम लाता ब्लैकमेल करना, ये ताड़ी फितरत दे विच आ, ब्लड च भी है, फिर तुसी जंप मार के अपनी पंजाबी एकता पार्टी बनाई, पंजाबी एकता पार्टी के प्रधान बन गए, तो जो ताडे नाल सज्जन सीगे तुसीं कीता, ते लोक सभा 2019 दी आ गई, आप जी कांग्रेस का गद्दार, साडा कांग्रेस का उम्मीदवार राजा वड़िंग जिन्हें कि बादल नूं ठोके टक्कर दित्ती 20,000 दी वोट के उत्ते हरिया, ते तुसीं उन्हूं रोण दे लई बादलों कोलों पैसे लै, वीडियो इतने बिल्कुल क्लीयर हुई वा, यह आ सच, हुण तुहानूं लगना गुस्सा, पैसे लै बादलों को कि तू खड़ा हो उत्थे, ते तुसीं पैसे लैके खड़े हुए, ते काली दल बादल जिहड़ा तुसीं जिन्हां तुसीं कहिंदे मैं इन्हां दे बहुत विरोधी, तुसीं उन्हां नूं जिताया, जिताउण तों बाद तुसीं कहा जी मैनूं अकाली दल च शामिल कर लो, ते सुखबीर सिंह बादल ने तुहानूं जवाब दिता वी सुख वेले दे बाद जिथे तू धरना दित्ता सी उत्थे तुहानूं सरोपा पा के शामिल करना, जे मंजूर आ जा तो तुम कहते जी ये नहीं मंजूर, ये लोगों तक गल्लां दिलां विच है। उस तों बाद उस इलैक्शन दे विच बीबी खालड़ा के नाते जसवंत सिंह खालड़ा की धर्मपत्नी के नाते खडूर साहब तो तुम उन्होंने कैंडीडेट बना के करोड़ों रुपया एन आर आई वीर ने एक भावना के नाल सिमटी के नाल इकट्ठा करके भेजा, और जिन्ना चिर तुहानूं आया उन्ना चिर तुम खडूर साहब जाते रहे,
ਜਿੱਦਣ ਤੁਹਾਨੂੰ ਪੈਸੇ ਛੱਡ ਕੇ ਤੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਪੈਸੇ ਫਿਰ ਜਿਹੜਾ ਹੈਗਾ ਰਗੜੀ ਜਾਂਦੇ ਆ, ਤੇ ਮੁੜ ਕੇ ਉਹਨਾਂ ਨੇ ਖਰੜਾ ਬੀਬੀ ਨੂੰ ਸਿੱਧਾ ਭੇਜਿਆ ਤੇ ਬੀਬੀ ਨੇ ਤਾਂ ਗੁੱਸਾ ਹੋ ਗਿਆ, ਨਾ ਤੁਸੀਂ ਮੁੜ ਕੇ ਪ੍ਰਚਾਰ ਕਰਨ ਗਏ, ਤੁਸੀਂ ਕਹਿੰਦੇ ਮੇਰੇ ਤੋਂ ਤਾਂ ਐਵੇਂ ਨਹੀਂ। ਇਹ ਸਭ ਗੱਲਾਂ ਲੋਕਾਂ ਨੂੰ ਪਤਾ। ਉਸ ਤੋਂ ਬਾਅਦ ਤੁਸੀਂ ਤੇ ਲੋਕਾਂ ਦੇ ਪੁੱਤਾਂ ਦੇ ਉੱਤੇ ਰਾਜਨੀਤੀ ਕਰਦੇ ਹੋ, ਲੋਕਾਂ ਦੇ ਪੁੱਤਾਂ ਦੇ ਪੈਸੇ ਲੈਂਦੇ ਹੋ। ਰਵਿੰਦਰ ਭਲਵਾਨ ਦਾ ਕਤਲ ਹੋਇਆ ਲੱਖਣ ਕੇ ਪੱਡੇ, ਤੇ ਮੈਂ ਵੀ ਆ ਰਵਿੰਦਰ ਭਲਵਾਨ, ਤੁਸੀਂ ਐਨ ਆਰ ਆਈਆਂ ਤੋਂ ਉੱਥੇ ਵੀ ਪੈਸੇ ਜਿਹੜੇ ਹੈਗੇ ਜੀ ਉਹ ਪਰਿਵਾਰ ਨੂੰ ਜਿਹੜੇ ਹੈਗੇ ਆ ਖਾਧੇ। ਮੁੜ ਕੇ ਕਦੀ ਰਵਿੰਦਰ ਭਲਵਾਨ ਦਾ ਬਾਪ ਬੈੱਡ ਦੇ ਉੱਤੇ ਆ, ਕਦੀ ਉਹਦਾ ਪਤਾ ਲੈਣ ਵੀ ਗਏ ਹੋ? ਅੱਜ ਮੈਂ ਇਸ ਵੀਡੀਓ ਦੇ ਵਿੱਚ ਐਨ ਆਰ ਆਈ ਵੀਰਾਂ ਨੂੰ ਆਪਣਾ ਬੇਨਤੀ ਕਰੂੰਗਾ, ਇਸ ਠੱਗ ਤੋਂ ਬਚਿਓ। ਤੇ ਨਾਲ ਹੀ ਮੈਂ ਨਵਨੀਤ ਦੇ ਦਾਦੇ ਨੂੰ ਕਰੂੰਗਾ ਬੇਨਤੀ ਕਿ ਇਹ ਜਿਹੜਾ ਨਡਾਲੇ ਦੇ ਵਿੱਚ ਬੌਲੀ ਸਾਹਿਬ ਅਰਦਾਸ ਕਰਾਉਣ ਦਾ ਨਾ ਖੰਡਪਾਠ ਸਾਹਿਬ ਦੇ ਭੋਗ ਪਏ, ਨਾ ਸੁਖਮਨੀ ਸਾਹਿਬ ਹੋਇਆ, ਨਾ ਕੀਰਤਨ ਹੋਇਆ, ਸਿਰਫ ਕੱਲੀ ਅਰਦਾਸ ਕਰਾਈ ਗਈ। ਤੇ ਉਸ ਤੋਂ ਬਾਅਦ 45 ਮਿੰਟ ਦਾ ਸੁਖਪਾਲ ਸਿੰਘ ਖਹਿਰੇ ਦਾ ਭਾਸ਼ਣ, ਸਿਰਫ ਐਨ ਆਰ ਆਈ ਨੂੰ ਦੱਸਣ ਵਾਸਤੇ ਕਿ ਮੈਂ ਇਹਨੂੰ ਸ਼ਹੀਦ ਦਾ ਦਰਜਾ ਦਵਾਇਆ ਆ ਤੇ ਆਪਾਂ ਇਹਨਾਂ ਦੀ ਮਦਦ ਕਰਨੀ, ਫੰਡ ਇਕੱਠੇ ਕਰਨ ਵਾਸਤੇ। ਲੋਕ ਜਾਗ ਚੁੱਕੇ ਨੇ, ਤਾਂ ਹੀ ਉੱਥੇ ਇਕੱਠ ਨਾ ਮਾਤਰ ਸੀ। ਲੋਕਾਂ ਨੇ ਕਿਸਾਨ ਵੀਰਾਂ ਨੇ ਤਾਂ ਜਾਣਾ ਹੀ ਸੀਗਾ, ਜਸਵੀਰ ਸਿੰਘ ਲਿੱਟਾ ਹੋਈ ਬਹੁਤ ਸਤਿਕਾਰਯੋਗ ਨੇ, ਪਰ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹ ਇਹਦੀ ਸੋਚ ਕੀ ਆ। ਹੁਣ ਤੁਸੀਂ ਕਹਿੰਦੇ ਕਿ 50 ਸਾਲ ਅਸੀਂ ਤੁਸੀਂ ਸਾਡੇ ਪਰਿਵਾਰ ਦੇ ਵੋਟਾਂ ਤੋਂ ਉੱਤੇ, ਰਾਜਨੀਤੀ ਤੋਂ ਉੱਤੇ ਹੋ, ਧੱਕਾ ਭੁਲਾਦੇ ਲੋਕ। ਇੱਕ ਕਹਾਵਤ ਆ, ਕਮਲੀ ਵੰਡੇ ਰਿਉੜੀਆਂ ਮੁੜ ਮੁੜ ਘਰਦਿਆਂ ਨੂੰ ਦੇਵੇ। ਸੁਖਪਾਲ ਸਿੰਘ ਖਹਿਰਾ, ਤੁਸੀਂ MLA ਤੇ ਪਿੰਡ ਦਾ ਜੇ ਨੰਬਰਦਾਰ ਬਣਾਉਣਾ ਹੋਵੇ ਤੇ ਉਹ ਤੁਹਾਡਾ ਚਾਚੇ ਦਾ ਪੁੱਤ, ਤਾਏ ਦਾ ਪੁੱਤ ਕੁਲਵੀਰ ਖਹਿਰਾ, ਤੇ ਜੇ ਪਿੰਡ ਦੀ ਸਰਪੰਚੀ ਦੀ ਗੱਲ ਆਈ ਤੇ ਤੁਸੀਂ ਕਿਹਾ ਵੀ ਇਹ ਮੇਰੀ ਭਰਜਾਈ ਬਣ ਜੇ, ਤੁਸੀਂ ਪੋਲਿੰਗ ਏਜੰਟ ਵੀ ਬਣੇ, ਠੀਕ ਹੈ ਜੀ। ਨਿਰਮਲ ਸਿੰਘ ਦੀ ਸਰਪੰਚ ਚੁਣੇ ਗਏ, ਤੁਹਾਡੇ ਹੀ ਤੁਹਾਡੇ ਨਾਲ ਜੁੜੇ ਹੁੰਦੇ ਸੀ, ਜੇ ਉਹਨੇ ਕਿਹਾ ਤਾਂ ਮੈਂ ਸਰਪੰਚੀ ਲੜਨੀ ਹੈ, ਤੁਸੀਂ ਕਹਿੰਦਾ ਸਰਪੰਚੀ ਕਰਤੀ। ਤੇ ਇੱਕ ਛੋਟੀ ਜਿਹੀ ਗੱਲ ਇੱਕ ਹੋਰ ਹੋ ਗਈ, ਪਿੰਡ ਦਾ ਚੌਂਕੀਦਾਰ ਚੇਂਜ ਹੋਣਾ ਵਾ ਤੇ ਚੌਂਕੀਦਾਰ ਨਵੇਂ ਉਹਦੀ ਉਮੀਦਵਾਰੀ SDM ਸਾਹਿਬ ਨੇ ਕਰਨੀ ਹੈ, ਤੇ ਤੁਸੀਂ ਕਹਿੰਦੇ ਵੀ ਜਿਹੜਾ ਪਿੰਡ ਦਾ ਚੌਂਕੀਦਾਰ ਵੀ ਹੋਵੇ ਨਾ ਉਹ ਵੀ ਮੇਰਾ ਘਰ ਦਾ ਰਸੋਈਆ ਹੋਵੇ। ਕੇਸ ਚੱਲ ਰਿਹਾ ਵਾ, ਜਾਣੀ ਕਿ ਆਪਣੇ ਘਰ ਨੂੰ ਸਭ ਕੁਛ ਤੇ ਪਿੰਡਾਂ, ਤੁਸੀਂ ਦੂਜੇ ਪਿੰਡਾਂ 'ਚ ਕੀ ਇਨਸਾਫ ਕਰਨਾ? ਆਪਣੇ ਪਿੰਡ ਵਿੱਚ ਜੇ ਤੁਸੀਂ ਆਪਣੇ ਸਾਥੀ ਨੂੰ ਸਰਪੰਚ ਨਹੀਂ ਬਣਾ ਸਕਦੇ ਵੀ ਕਹਿੰਦੇ ਮੇਰੀ ਘਰ ਦੀ ਮੈਂਬਰ ਬਣੇ, ਇਹ ਆ ਤੁਹਾਡਾ ਸੱਚ ਚਿਹਰਾ ਜਿਹੜੇ ਕਿ ਲੋਕ ਜਾਣ ਚੁੱਕੇ ਆ। 4 ਸਾਲ ਤੱਕ ਤੁਸੀਂ ਕੁੰਭ ਦੀ ਨੀਂਦ ਸੁੱਤੇ ਰਹੇ ਹੋ, ਵੱਡੇ ਲੀਡਰ ਬਣ ਗਏ ਸੀਗੇ ਬਾਹਰ ਪੰਜਾਬ, ਤੁਸੀਂ ਆਖਿਆ ਵੀ ਆ ਮੈਂ ਤਾਂ ਪੰਜਾਬ ਦੇ ਮਸਲੇ, ਤੁਹਾਨੂੰ ਹਲਕਾ ਪਲੱਸ ਨਾਲ ਕੋਈ ਮਤਲਬ ਨਹੀਂ ਹੈਗਾ। ਹਲਕਾ ਪਲੱਸ ਦੇ ਵਿੱਚ ਗਲੀਆਂ ਦੇ ਕੀ ਹਾਲਾਤ ਨੇ, ਛੱਪੜ ਦੇ ਕੀ ਹਾਲਾਤ ਨੇ, ਸਕੂਲ ਦੇ ਕੀ ਹਾਲਾਤ ਨੇ, ਖੇਡ ਸਟੇਡੀਅਮ ਦੇ ਕੀ ਹਾਲਾਤ ਨੇ, ਇਹਦੇ ਬਾਰੇ ਤੁਸੀਂ ਤੁਹਾਨੂੰ ਕੋਈ ਗਿਆਨ ਨਹੀਂ ਹੈਗਾ। ਇਹ 4 ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਨਿਗਰਾਨੀ ਹੇਠ, ਰਾਣਾ ਗੁਰਜੀਤ ਸਿੰਘ ਜੀ ਦੀ ਨਿਗਰਾਨੀ ਹੇਠ ਗੋਰੇ ਗਿੱਲ ਨੇ ਹਲਕੇ ਪੂਰੇ ਦੇ ਵਿੱਚ ਕੰਮ ਕੀਤੇ, ਵਿਕਾਸ ਕਾਰਜ ਸ਼ੁਰੂ ਕਰਾਏ, ਉਹਨਾਂ ਦੀ ਪੈਰਵਾਈ ਕੀਤੀ, 86 ਲਿੰਕ ਰੋਡਾਂ ਬਣਾਈਆਂ ਤੇ ਜਿੰਨੀਆਂ ਵੱਡੀਆਂ ਰੋਡਾਂ ਆ, ਚਾਹੇ ਉਹ ਸੁਭਾਨਪੁਰ ਤੋਂ ਨਡਾਲਾ ਆ, ਨਡਾਲੇ ਤੋਂ ਬੇਗੋਵਾਲ ਅਕਬਰਪੁਰ ਆ ਬਣਦੀ ਪਈ ਆ, ਸਾਰੀਆਂ ਰੋਡਾਂ ਜਿਹੜੀਆਂ ਹੈਗੀਆਂ, ਢਿਲਵਾਂ ਭੋਗਪੁਰ ਰੋਡ, ਇਹ ਸਾਰੀਆਂ ਜਿਹੜੀਆਂ ਹੈਗੀਆਂ ਕਵਰ ਕੀਤੀਆਂ। ਜਾਂ ਹਲਕਾ ਪਲੱਸ 'ਚ ਵੜ ਕੇ ਦੇਖੋ ਤੁਹਾਨੂੰ ਰੋਡ, ਇੱਕ ਬੇਗੋਵਾਲੇ 'ਤੇ ਕੰਮ ਚੱਲਦਾ ਪਿਆ, ਬਾਕੀ ਸਾਰੀਆਂ ਟੈਕੋਰੇਟ ਨੇ, ਬਾਕੀ ਮਾਰਕ ਕਮੇਟੀ ਦੇ ਮੈਂ ਹੁਣ ਗੱਲ ਤੁਹਾਨੂੰ ਮਾਰਕ ਕਮੇਟੀ ਦੇ ਚੇਅਰਮੈਨ ਦੀ ਕਰ ਲੱਗਾ। ਖਹਿਰਾ ਸਾਹਿਬ, ਤੁਸੀਂ ਕਹਿੰਦੇ ਹੋ ਅਕਾਲੀ ਬੰਦਾ ਬਣਾਤਾ ਸ਼ਰਨਜੀਤ ਸਿੰਘ ਪੱਡਾ, ਖਹਿਰਾ ਸਾਹਿਬ ਤੁਹਾਡੇ ਪਿਤਾ ਜੀ ਕੀ ਸੀਗੇ? ਤੁਹਾਡੇ ਪਿਤਾ ਜੀ DSP ਕਿਸੇ ਉਹ ਭਲਿਆਂ ਸਮਿਆਂ ਦੇ ਵਿੱਚ ਕਹਿੰਦੇ ਵੀ ਬਾਰਡਰ ਖੁੱਲੇ ਹੁੰਦੇ ਸੀ ਤੇ ਸਮਾਨ ਢੰਗਾ ਆਉਂਦਾ ਸੀ, ਤੇ ਅੱਤਵਾਦ ਦੇ ਟਾਈਮ ਉਦੋਂ ਅੱਤਵਾਦ ਬਾਅਦ ਆਇਆ, ਉਹ ਪਹਿਲਾਂ ਹੀ ਕੰਮ ਕਰਕੇ ਮੰਤਰੀ ਰਹੇ ਤੇ ਖਾਲਿਸਤਾਨ ਦਾ ਨਾਰਾ ਮਾਰਿਆ, ਵੀਡੀਓ ਹੈਗੀ YouTube ਤੇ, ਢਿੰਡਰਾਂ ਵਾਲੇ ਸੰਤ ਵੀ ਬੈਠੇ ਆ, ਬਾਦਲ ਬੁਦਲ ਵੀ ਬੈਠੇ ਆ ਤੁਹਾਡੇ ਪਿਤਾ ਜੀ ਨੇ, ਤੁਸੀਂ ਵੀ ਜੱਫਰਵਾਲ ਦੇ ਨਾਲ ਕਾਫੀ ਘੁੰਮਦੇ ਰਹੇ ਹੋ, ਠੀਕ ਹੈ ਜੀ, ਪਤਾ ਸਭ ਕੁਛ ਆ, 90 ਤੋਂ ਲੈ ਕੇ ਜਲੰਧਰ ਦੇ ਵਿੱਚ ਕਿਹੜੀ ਕਿਹੜੀ ਕੋਠੀ ਦੇ ਉੱਤੇ ਤੁਸੀਂ ਕਬਜ਼ਾ ਕੀਤਾ ਉਹ ਵੀ ਪਤਾ, ਤੇ ਉਹ ਚ ਕਿੰਨੇ ਕਿੰਨੇ ਪੈਸੇ ਤੇ ਕਿਹੜੇ ਕਿਹੜੇ ਤੁਹਾਡੇ ਨਾਲ ਪਾਰਟਨਰ ਸੀਗੇ, ਵਿੱਚੇ ਮੱਲੀ ਤੇ ਵਿੱਚੇ ਹੀ 1, 2, 3 ਉਹ ਵਾਲੇ ਵੀ।
ਲੋੜ ਪੈਣ ਤੇ ਨਾ ਮਿਲਿਆ ਜਾਂਦਾ ਤੇ ਕੀ ਤੁਸੀਂ ਕੀਤਾ ਅੱਜ ਤੁਸੀਂ ਕਹਿੰਦੇ ਮੈਂ ਦੁੱਧ ਭੁੱਕਾ ਵਾਂ ਹਜੇ ਤੱਕ ਬਾਦਲਾਂ ਕੋਲ ਰਾਸ਼ਨ ਛੱਡ ਗਏ ਹੋ ਤੇ ਡਕਾਰ ਵੀ ਮਾਰਿਆ ਇੱਕ ਐਨ ਆਰ ਆਈ ਆਇਆ ਮਿਲਣ ਵਾਸਤੇ ਐਨ ਆਰ ਆਈ ਵੀਰ ਕਹਿੰਦੇ ਜੀ ਖਹਿਰਾ ਸਾਹਿਬ ਨੂੰ ਇੱਕ ਵਾਰੀ ਫੋਨ ਕੀਤਾ ਸੀ ਕਹਿੰਦੇ ਫਵਾੜੇ ਤੱਕ ਜਾਂਦੇ ਸੀਗੇ ਜਲੰਧਰ ਸੀਗੇ ਕਹਿੰਦੇ ਜੀ ਖਹਿਰਾ ਸਾਹਿਬ ਮਿਲਣਾ ਖਹਿਰਾ ਸਾਹਿਬ ਕਹਿੰਦੇ ਨਹੀਂ ਮੈਂ ਜ਼ਰੂਰੀ ਕੰਮ ਚੱਲਿਆ ਬਹੁਤ ਜ਼ਿਆਦਾ ਮੈਂ ਆ ਨਹੀਂ ਸਕਦਾ ਕਹਿੰਦੇ ਜੀ ਤੁਹਾਡੇ ਲਈ ਫੰਡ ਰੱਖਿਆ ਸੀਗਾ ਤੇ ਆਓ ਤੇ ਭਾਵੇਂ ਲੈ ਜਾਓ ਨਹੀਂ ਤਾਂ ਕੁਝ ਸੁੱਟ ਦਿੰਦੇ ਹਾਂ ਕਹਿੰਦੇ ਜੀ 15 ਮਿੰਟਾਂ ਦੇ ਵਿੱਚ ਫਵਾੜਿਓ ਗੱਡੀ ਘੁਮਾ ਕੇ ਆ ਗਏ ਤੇ ਕਹਿੰਦੇ ਜੀ ਵੀ ਖੂਹ ਚ ਨਾ ਸੁੱਟਿਓ ਰੁਪਈਏ ਦੇਖ ਕੇ ਤੇ ਆਪਣੀ ਲਾਲਾਂ ਡਿੱਗਦੀਆਂ ਜੋ ਮਰਜ਼ੀ ਕਰਾ ਲਓ ਖਾਲਿਸਤਾਨ ਵੀ ਮੰਗ ਲਿਆ ਅਕਾਲੀ ਦਲ ਚ ਵੀ ਰਹਿ ਲਏ ਠੀਕ ਹੈ ਜੀ ਤੁਸੀਂ ਕਾਂਗਰਸ ਚ ਵੀ ਆ ਗਏ ਤੇ ਕਾਂਗਰਸ ਤੋਂ ਬਾਗੀ ਹੋ ਕੇ ਆਮ ਚ ਵੀ ਆ ਗਏ ਕੈਪਟਨ ਅਮਰਿੰਦਰ ਸਿੰਘ ਨੂੰ ਗਾਲਾਂ ਵੀ ਕੱਢ ਲਈਆਂ ਬਾਦਲਾਂ ਨੂੰ ਵੀ ਕੱਢ ਲਈਆਂ ਕੋਈ ਛੱਡਿਆ ਐਡੀ ਜੀ ਬਦਲੀ ਠੀਕ ਦੱਸ ਦੇ ਕੇ ਨੂੰ ਛੱਡਿਆ ਠੀਕ ਹੁਣ ਧਰਨੇ ਵੀ ਕਰਦੇ ਹੋ ਫਿਰ ਆਪਣੀ ਵੀ ਬਣਾ ਲਈ ਕਾਂਗਰਸ ਦੇ ਕੈਂਡੀਡੇਟ ਵੀ ਬਠਿੰਡੇ ਤੋਂ ਜਾ ਕੇ ਲਾ ਕੇ ਤੇ ਢਿੱਡ ਭਰ ਲਿਆ ਆਪਣਾ ਤੇ ਹੁਣ ਲਾਈਵ ਹੋ ਕੇ ਕਹਿੰਦੇ ਕਿ ਮਾੜਾ ਮੋਟਾ ਚੇਂਜ ਹੋਇਆ ਤੇ ਇੱਥੇ ਲੱਭਣਾ ਕੋਈ ਨੀ ਭੁਲੇਖਾ ਤੇਰਾ ਸੁਖਪਾਲ ਸਿੰਘ ਖਹਿਰਾ ਰਾਮਗੜ੍ਹ ਲਿੱਟਾਂ ਟੱਪੀ ਪੰਡੋਰੀ ਤੋਂ ਪਹਿਲਾਂ ਹੀ ਅੱਧ ਕੀ ਖੜਾ ਮਿਲੂਗਾ ਗੋਰਾ ਗਿਆ ਆ ਵੀ ਜਾਏਗਾ ਤਾਂ ਵੀ ਕੋਈ ਫਿਕਰ ਨਹੀਂ ਡਟ ਕੇ ਵਿਰੋਧ ਕਰਾਂਗੇ ਗਰਦਾਰ ਨੂੰ ਗਰਦਾਰ ਕਵਾਂਗੇ ਲੋਕਾਂ ਦੀ ਕਚਹਿਰੀ ਚ ਤੇ ਕਾਂਗਰਸ ਪਾਰਟੀ ਸਰਵਾ ਕਰਕੇ ਤੈਅ ਕਰੂ ਕਿ ਟਿਕਟ ਕਿਹਨੂੰ ਦੇਣੀ ਆ ਜਿੱਦਾਂ ਸਰਵਣ ਸਿੰਘ ਫਲੋਰ ਤੁਰਿਆ ਫਿਰਦਾ ਸੀ ਅਕਾਲੀ ਦਲ ਚੋਂ ਆ ਗਏ ਕਾਂਗਰਸ ਚ ਉਦੋਂ ਹੀ ਤੁਰਿਆ ਫਿਰੇਗਾ ਪੰਜਾਬ ਦੇ ਲੋਕ ਇੱਕ ਗੱਲ ਕਹਿੰਦੇ ਆ ਕਹਿੰਦੇ ਬੁਲਾਰਾ ਬੜਾ ਤਕੜਾ ਸੀ ਵੀਰ ਦਵਿੰਦਰ ਬੁਲਾਰਾ ਬੜਾ ਤਕੜਾ ਸੀ ਜਗਮੀਤ ਸਿੰਘ ਬਰਾੜ ਬੁਲਾਰਾ ਕਹਿੰਦੇ ਤੈਨੂੰ ਵੀ ਆਉਂਦੀ ਇਹ ਵੀ ਬਹੁਤ ਹੈਗੀ ਇਹਦੀ ਜੀ ਬਹੁਤ ਲੰਮੀ ਇਹ ਵੀ ਨਹੀਂ ਬੋਲਣਾ ਹਟਦਾ ਉਹ ਵੀ ਚਲੇ ਗਏ ਅਕਾਲੀ ਦਲ ਚ ਤੋਂ ਵੀ ਕਾਂਗਰਸ ਦੇ ਵਿੱਚ ਐਸੇ ਗਰਦਾਰ ਬੰਦਿਆਂ ਦੀ ਲੋੜ ਨਹੀਂ ਹੈਗੀ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਹਾਈਕਮਾਂਡ ਨੂੰ ਜਿਹਨਾਂ ਦੀ ਏਡੀ ਜੀਪ ਹੋਵੇ ਤੇ ਜਿਹਨਾਂ ਨੂੰ ਪਤਾ ਹੀ ਨਾ ਹੋਵੇ ਤੁਸੀਂ ਬੋਲਦੇ ਕੀ ਪਏ ਹੋ ਇਹ ਤੂੰ ਉਸ ਕੈਟਾਗਰੀ ਦਾ ਬੰਦਾ ਹੈ ਆ ਜਾਏਗਾ ਤਾਂ ਵੀ ਕੋਈ ਗੱਲ ਨਹੀਂ ਅੱਗੇ ਮਿਲੂੰਗਾ ਭੱਜਦਾ ਨਹੀਂ ਫਿਕਰ ਨਾ ਕਰ ਤੂੰ ਪਤਾ ਕੀਤਾ ਵੀ ਹਾਂਜੀ ਜੀ ਕਤਲ ਦੇ ਵਿੱਚ ਸਜ਼ਾ ਭੁਗਤੀ ਇਲਜ਼ਾਮ ਫਲਾਨਾ ਚੰਗੀ ਤਰ੍ਹਾਂ ਗੋਰੇ ਗਿੱਲ ਬਾਰੇ ਪਤਾ ਕਰਨਾ ਸੀ ਤੇ ਫਿਰ ਤੂੰ ਆਹ ਸ਼ਬਦ ਨਹੀਂ ਸੀ ਕਹਿਣਾ ਭੱਜਣ ਵਾਲਾ ਭੱਜਣ ਵਾਲੀ ਕਿਤਾਬ ਚ ਨਹੀਂ ਹੈਗੇ ਚੱਕਰੂੰਗਾ ਤੂੰ ਉੱਥੇ ਤੇ ਫੈਸਲਾ ਕਰਨਗੇ ਹਲਕਾ ਭਲਸ ਦੇ ਲੋਕ ਜਿਹੜੇ 4 ਸਾਲਾਂ ਦੇ ਵਿੱਚ ਜਿਹਨਾਂ ਦੇ ਕੰਮ ਜਿਹਨਾਂ ਦੇ ਦੁੱਖ ਸੁੱਖ ਜਿਹਨਾਂ ਦਾ ਵਿਕਾਸ ਮੋਢੇ ਨਾਲ ਤੇ ਨਿਰਪੱਖਤਾ ਦੇ ਨਾਲ ਤੇਰੇ ਵਾਂਗੂ ਤੇ ਬੀਬੀ ਵਾਂਗੂ ਨਹੀਂ ਕੀਤਾ ਸੀ ਤੂੰ ਜਿੱਦਾਂ ਜਦੋਂ ਅਕਾਲੀਆਂ ਦਾ ਰਾਜ ਹੁੰਦਾ ਸੀ ਉਹ ਤੈਨੂੰ ਠੋਕਦੀ ਸੀ ਜਦੋਂ ਤੇਰਾ ਆ ਗਿਆ ਤੂੰ ਉਹਨੂੰ ਠੋਕਿਆ ਤੇ ਜਵਾਨ ਦੇ ਉੱਤੇ ਤੁਹਾਡੇ ਦੋਨਾਂ ਦਾ ਕੰਟਰੋਲ ਨਹੀਂ ਸੀ ਹੈਗਾ ਇੱਕ ਦੂਜੇ ਨੂੰ ਇੱਕ ਮਰਿਆਦਾ ਹੁੰਦੀ ਹੈ ਰਾਜਨੀਤੀ ਦੀ ਉਹਨੂੰ ਪਾਰ ਨਹੀਂ ਕਰਨਾ ਚਾਹੀਦਾ ਸ਼ਬਦਾਂ ਦੀ ਇੱਕ ਮਰਿਆਦਾ ਹੁੰਦੀ ਹੈ ਬਹੁਤ ਸੀਨੀਅਰ ਤੂੰ ਆਪਣੇ ਆਪ ਨੂੰ ਦੱਸਦਾ ਦੂਜਾ ਦੱਸਦਾ ਛੋਟੇ ਠੀਕ ਹੈ ਨਾ ਛੋਟੇ ਇਹ ਛੋਟੇ ਵੱਡੇ ਦਾ ਫੈਸਲਾ ਹਲਕਾ ਭਲਸ ਦੇ ਲੋਕ 2022 ਚ ਕਰਨਗੇ ਇਹ 2017 ਨਹੀਂ ਗੀ ਕਿ ਮੈਦਾਨ ਖਾਲੀ ਮਿਲ ਗਿਆ ਸੁਖਪਾਲ ਸਿੰਘ ਖਹਿਰੇ ਨੂੰ ਸੁਖਪਾਲ ਸਿੰਘ ਖਹਿਰੇ ਨੇ ਤੇ ਉਹਦੇ ਬਾਪ ਨੇ ਏਰੀਏ ਵਿੱਚ ਲੀਡਰ ਪੈਦਾ ਨਹੀਂ ਹੋਣ ਦਿੱਤਾ ਕਦੀ ਬੱਚਾ ਪੈਦਾ ਕੀਤਾ ਦੂਸਰਾ ਬੱਚਾ ਨਹੀਂ ਜਿਹੜਾ ਆਪਾਂ ਔਰਤ ਦੇ ਧਰਮ ਪਤਨੀ ਦੇ ਤੁਸੀਂ ਬੱਚਾ ਨਹੀਂ ਪੈਦਾ ਕਰ ਸਕਦੇ ਬੱਚਾ ਰਾਜਨੀਤਿਕ ਤੌਰ ਤੇ ਉਹ ਇੱਕ ਲੀਡਰ ਦੀ ਸੋਚ ਹੁੰਦੀ ਆ ਬੱਚਾ ਪੈਦਾ ਕੀਤਾ ਰਾਣਾ ਗੁਰਜੀਤ ਸਿੰਘ ਕਰਦਾ ਉਹਨੇ ਪੈਦਾ ਕੀਤਾ ਤੇ ਕਾਮਯਾਬ ਵੀ ਕੀਤੇ ਚਾਹੇ ਉਹ ਰਮਨਜੀਤ ਸਿੰਘ ਸਿੱਕੀ ਹੋਵੇ ਚਾਹੇ ਸ਼ਸ਼ੀ ਰਿੰਕੂ ਚਾਹੇ ਲਾਡੀ ਸ਼ਿਰੋ ਵਾਲੀਆ ਆਪਣੇ ਘਰ ਦਾ ਪੁੱਤ ਤੈਨੂੰ ਤਾਂ ਵਿਰਾਸਤ ਚ ਮਿਲਿਆ ਸੁਖਜਿੰਦਰ ਸਿੰਘ ਆਪਣਾ ਮੰਤਰੀ ਸੀ MLA ਸੀ ਉਹਦਾ ਪੁੱਤ ਜੇ ਤੈਨੂੰ ਆਮ ਸਧਾਰਨ ਘਰ ਦੇ ਵਿੱਚ ਉੱਠ ਕੇ ਸਟਰਗਲ ਕਰਨੀ ਪੈਂਦੀ ਤੈਨੂੰ ਪਤਾ ਲੱਗ ਜਾਂਦਾ ਗੋਰੇ ਗਿੱਲ ਦਾ ਬਾਪ ਟ੍ਰੇਡ ਯੂਨੀਅਨ ਦਾ ਲੀਡਰ ਗੋਰੇ ਗਿੱਲ ਦਾ ਦਾਦਾ ਆਜ਼ਾਦ ਹਿੰਦ ਫੌਜ ਦੇ ਵਿੱਚ ਫਰੀਡਮ ਫਾਈਟਰ ਦੇਸ਼ ਨੂੰ ਆਜ਼ਾਦ ਕਰਾਇਆ ਜੇਲ੍ਹ ਕੱਟੀ ਉਹਦੀਆਂ ਰੰਗਾਂ ਦਾ ਖੂਨ ਹੈ ਇੱਧਰ ਤੇਰਾ ਮੇਰਾ ਮੁਕਾਬਲਾ ਉਦਾਂ ਹੀ ਨਹੀਂ ਬਣਦਾ ਤੁਹਾਨੂੰ ਘਰ ਚ ਸਾਰਾ ਕੁਛ ਮਿਲਿਆ ਅਸੀਂ ਯੂਥ ਕਾਂਗਰਸ ਤੋਂ ਧੱਕੇ ਖਾ ਖਾ ਕੇ 20 ਸਾਲ 1999 ਦੇ ਵਿੱਚ ਜਿਹੜੇ ਤੂੰ ਕਹਿੰਦਾ ਨਾ ਤੇਰੇ ਤੇ ਝੂਠੇ ਪਰਚੇ ਤੇਰੇ ਤੇ ਤਰਪਾਲ ਚੋਰੀ ਨਹੀਂ ਹੋਏ ਝੂਠੇ ਪਰਚੇ
गोरे गिर ते झूठे पत्ते कतलांदे हुए ते परमात्मा ने कृपा की बरी हुए। ये चीज एक सधारण परिवार के विचों एक मजदूर के पुत बन के राजनीति करनी बड़ी औखी है। तो कर रहे हैं सेवा करने की भावना है, जिंदगी समर्पित कर दी है हल्का पलख में, जिन्ना चर सवास है उत्थे हो एक पिंड छड़ के अगे टकूं ते चिंता तेरे चेहरे ते नजर आउंदी आ, तेरे सुपने ते गोरा आउणा पिया। यह गल तो क्लीयर हो गई। कह दिया कि जी कदी दिल्ली गया क्या ना, तू अपने घर में ना नहीं गया, जे कतलां दे मुकदमे बारे पता फिर तैनूं नाम ही पता भी ना गोरा के लिया, जे इन्ना कुछ पता कराया ते बिना ना लै तू गल कहिंदा कदी दिल्ली पुछना चाहुंदा किसे नूं इंसाफ दवाया, इंसाफ दवाउण नूं तूं हैगा भरावा, मैनूं नहीं लोड़ हैगी, मैनूं लोड़ आ हल्का पलख दे लोकां दी जिथों दे मैं जिन्हां नूं मैं अपना कसम खाधी है कि मैं उन्होंने हाँ दिल्ली गया तो मैं कोई तेरे वो वीडियो बना के ते अगले बने विखाने की लोड़ नहीं, जिन्ने योगा है चुप चुपीते, क्योंकि किसान यूनियन ने अनाउंस किया कि सियासी लीडर इस धरने ना आ, तेरे वागू मैं लाला में सुटता नहीं फिरता, जमीन तो भालता नहीं फिरता कि किसानों का क्रैडिट भी लै लव फलाना का भी लै लव, मैं उन्होंने फैसले का सत्कार करना जानना भी हाँ, पर लीडर बन के नहीं कांग्रेस का, एक किसान का पुत बन के, भावें मेरा कपड़े भी चेंज होंगे, मेरा फेस भी लुकया होगा, जिन्नी जोगा का मैं अपनी आत्मा जवाब देगा, मैं तेनों नहीं दिखाया गया सुखपाल सिंह खहरा नूं दिखावा कि मैं धरने च गया सी, वो तेरा काम आ, पैसे कट्ठे करने आ तो लोगों को जोड़ा है वह दिखा वा कि मैं तो बहुत किसान हशैटी हाँ, मैं तो फलाना है। इस करके गल्लां काफ़ी टाइम हो गया लाइव के दौरान, गल्लां मेरे को बहुत है, जे तेरे बारे मैं ए टू जेड पी एच डी की है, तेरे तेन कि आदत है, हल्का पलख का गरदार हाँ, कांग्रेस पार्टी का गरदार हाँ, पहला कांग्रेस से छुरा मार के गया, फिर हल्का पलख में चार साल तक तू वड़िया तक नहीं, तो अपने स्वार्थों को अपने रुपया घुमा रहा, लोग सच जान चुके हैं, फैसला हल्का पलख के लोगों ने करना, कांग्रेस पार्टी ने करना, तो दूजा भी तू भी तेरा वह निकलू आज ही, ठीक है ना, तो हल्का पलख के लोग सत्कार चाहते इन्ना हाथ मिला जो किसी ऐसी भरा मुड़ के पसीने चुमे अपना काम करते कभी वो गले लाया वे दुख न कि तू ही मेहनत करते हो यार तुम कि कभी सफाई कर्मचारी इन्ना हाथ मिलाने तो धूम के साबण ऐ धोने तो घड़ी अपनी ऐ करते हो कि अं बहुत जोड़े है रजवाड़े हाँ। ये दो घराने से सुखपाल सिंह खहरे का बीबी जगीर कौर का, जिन्होंने अपन दुश्मनिया खातर हल्का पलख के लोगों को पीसिया, हल्का पलख के लोगों के चाहे वह अकालिया के परचे हुए चाहे वह कांग्रसिया के हुए इन्ह दो लीडर करके हुए, ये हल्का पलख के लोग जान चुके हैं। गोरे गिल राजनीति दे विच ए मेरे गुरु ने नहीं सिखाया कि किसी की धौण से गोडा भर के किसी को अपने ना जोड़ना, प्यार ना जोड़ना, जिथों तक प्यार ना जिहड़ा तू सुखपाल सिंह खहरा मेरे सरपंचा साडे कांग्रेस पार्टी आखण दिया कि हाँ जी कि मैं देख लूंगा निजी तौर के उ स्नेह भेजा तू नाम ही दस दूंगा, तू अपने पिंड भेजा सी कि मैं देख लू सरपंचा तू गोरे गिरना फोटो ते किसी नाल प्यार दे नाल धक्के ना फोटो कराऊंगा काम किए खचाते तेरे ना नहीं खिचा लेंगे तेरे पिंड का ही सरपंच आ तेरे ने ही रहा सारी उम्र तेरे लिए वफादार क्यों छड गया क्योंकि जो घर घर रिउड़ियां वाला सी ना कि सरपंची भी घर ही रह जाए चौकीदार भी घर ही रह जाए एम एल ए शिप भी रह जाए कोई एम पी यूपी का जगाड़ बन जाए तो रिश्तेदार बना जी बना वो भी मेरी घरवाली बन जाए तो मुख्यमंत्री भी मैं आप ही बन जा तो फिर आम आदमी तो घड़ी जी हैगी पंजाबी एकता पार्टी वो तुम चोन लड़ो जे सुखजिंदर सिंह के पुत होंगे थुक के चटे होना हूँ लाला वागू सुट दाना फिर कभी माझे दे मंत्रियों जाके गोडिया से बहना कभी तू अपने जीजे से बहना कि यार कैप्टन साहब की मिन्नत कर लो जो कैप्टन गाला कड़ता हाँ वो भी सब कुछ कहते ना हाथ ना दी गंढा मूह ना बोलिया पीनिया तो जीव अपनी एडी है इस करके भुलेखे जड़े है ना तेरे मन च वो दूर हो जाने हैं।
ਲੋਕਾਂ ਨੇ ਕਰਨੇ ਆ, ਵੋਟਾਂ ਦੇ ਥਰੂ ਕਰਨੇ ਆ, ਤੇ ਫੈਸਲਾ ਉਸ ਅਕਾਲ ਪੁਰਖ ਮਹਾਰਾਜ ਨੇ ਕਰਾਉਣਾ ਤੇ ਬਾਈ ਚੋਣਾ। ਇਸ ਕਰਕੇ ਸੁਖਪਾਲ ਸਿੰਘ ਖਹਿਰਾ ਨੇ ਗੱਲ ਕੀਤੀ ਸੀ ਲਾਈਵ ਹੋ ਕੇ ਆਪਣੀ ਫੇਸਬੁੱਕ ਤੇ, ਮੇਰਾ ਜਵਾਬ ਦੇਣਾ ਮੇਰਾ ਫਰਜ਼ ਸੀ, ਦੋ ਚਾਰ ਦਿਨ ਲੇਟ ਹੋ ਗਿਆ, ਗੱਲਾਂ ਬਹੁਤ ਨੇ ਪਰ ਸਮਾਂ ਲੰਮਾ ਜ਼ਿਆਦਾ ਹੁੰਦਾ ਜਾਂਦਾ, ਇਸ ਕਰਕੇ ਜਦੋਂ ਕਿਤੇ ਨਵੀਂ ਗੱਲ ਕਰੂੰਗਾ ਨਵੀਂ ਦਾ ਜਵਾਬ ਦਊਂਗਾ। ਜੇ ਕੰਧ 'ਚ ਮਾਰੀਏ ਨਾ ਬੋਲ ਤਾਂ ਜਿੰਨੀ ਤੇਜ਼ ਆਊਗੀ ਤਾਂ ਤੇਜ਼ ਜਵਾਬ ਆਊਗਾ। ਸੁਖਪਾਲ ਖਹਿਰਾ ਇਹ ਗੱਲ ਯਾਦ ਰੱਖੀ, ਤੇਰਾ ਵਾਹ ਅੱਜ ਤੱਕ ਬੀਬੀਆਂ ਨਾਲ ਵਿਆਹ ਮਰਦ ਨਾਲ ਟਾਕਰੇ ਪਹਿਲੀ ਵਾਰੀ ਹੋਏ ਉਹ ਨੇ 2022 'ਚ ਤੇ ਲਗਾਤਾਰ ਫੈਸਲਾ ਹਲਕਾ ਪਲਾਸ ਦੇ ਲੋਕਾਂ ਨੇ ਕਰਨਾ ਤੇ ਜਿਹੜਾ ਲੋਕਾਂ ਨਾਲ ਦੁਨੀਆਂ ਨਾਲ ਚਰਨਾਂ ਨਾਲ ਜੁੜ ਕੇ ਰਹੂਗਾ, ਪਿਆਰ ਕਰੂਗਾ, ਕੰਮ ਕਰੂਗਾ, ਇਮਾਨਦਾਰੀ ਨਾਲ ਕਰੂਗਾ ਤੇ ਝੂਠ ਤੋਂ ਪਰਹੇਜ਼ ਕਰੂਗਾ, ਉਸ ਵਿਅਕਤੀ ਨੂੰ ਲੋਕ ਫਤਵਾ ਦੇਣਗੇ। ਦੋਸਤੋ ਅੱਜ ਦੇ ਵਿਚਾਰ ਇੰਨੇ, ਫਿਰ ਕਦੋਂ ਜਦੋਂ ਕਿਤੇ ਕੋਈ ਮੁੱਦਾ ਜਾਂ ਸੁਖਪਾਲ, ਇੱਕ ਗੱਲ ਤੇ ਪੱਕੀ ਹੋ ਗਈ ਕਿ ਸੁਖਪਾਲ ਦੇ ਸੁਪਨਿਆਂ 'ਚ ਗੋਰਾ ਗਿੱਲ ਆਉਣ ਲੱਗ ਪਿਆ, ਤਾਂ ਹੀ 4 ਸਾਲਾਂ ਬਾਅਦ ਸੁਖਪਾਲ ਕਹਿ ਰਹੇ ਨੂੰ ਸਵੇਰੇ ਉੱਠ ਕੇ ਲਾਈਵ ਹੋ ਕੇ ਤੇ ਹਲਕਾ ਭਲਸ ਦੇ ਲੋਕਾਂ ਨੂੰ, ਮੈਂ ਸਿਰਫ ਹਲਕਾ ਭਲਸ ਦੇ ਲੋਕਾਂ ਨੂੰ ਸੰਬੋਧਨ ਕਰ ਰਿਹਾ। ਇਹਦਾ ਮਤਲਬ ਕੰਮ ਦਾ ਬੋਲਬਾਲਾ ਹੈ, ਜੋ ਕੰਮ ਜੋ ਕਰ ਰਹੇ ਹਾਂ ਤੇ ਇਹ ਲਗਾਤਾਰ ਹੁਣ ਸਾਰੀ ਜਿੰਨੀ ਜ਼ਿੰਦਗੀ ਹੈ ਨਾ, ਇਹ ਗੋਰਾ ਹੀ ਟੱਕਰਨਾ, ਫਿਕਰ ਨਾ ਕਰ, ਸਾਹਮਣੇ ਵੀ ਤੇ ਰਾਤ ਨੂੰ ਵੀ। ਤੇ ਸਾਰਿਆਂ ਨੂੰ ਫਤਿਹ ਆ, ਹਲਕਾ ਭਲਸ ਦੇ ਸਾਰੇ ਜਿੰਨੇ ਮੇਰੇ ਸਰਪੰਚ ਸਾਹਿਬਾਨ ਨੇ, ਮੈਂਬਰ ਪੰਚਾਇਤ ਸਾਰੇ ਇਹ ਕੁਝ ਹੈ ਉਹ ਉਹਨਾਂ ਸਾਰਿਆਂ ਨੂੰ। ਤੇ ਇੱਕ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਕਹਿ ਦੇਵਾਂ, ਸੁਖਪਾਲ ਆਪਣੀ ਏਕਤਾ ਪਾਰਟੀ ਤੋਂ ਸਰਕਾਰ ਬਣਾਵੇ, ਮੁੱਖ ਮੰਤਰੀ ਬਣੇ, ਨੰਬਰਦਾਰ ਬਣਾਵੇ, ਚੇਅਰਮੈਨ ਬਣਾਵੇ, ਜੋ ਮਰਜ਼ੀ ਬਣਾਵੇ ਬਣਾਈ ਜਾ, ਤੇ ਜੇ ਕਾਂਗਰਸ ਪਾਰਟੀ ਦਾ ਰਾਜ ਹੈ ਤੇ ਕਾਂਗਰਸ ਪਾਰਟੀ ਦੇਖੇਗੀ ਕਿਹਨੂੰ ਬਣਾਉਣਾ, ਤੇਰੀ ਸਲਾਹ ਦੀ ਲੋੜ ਨਹੀਂ। ਸੁਖਪਾਲ ਸਿੰਘ ਖਹਿਰਾ ਸਾਰਿਆਂ ਨੂੰ ਫਤਿਹ ਆ, ਫਿਰ ਦੁਬਾਰਾ ਨਵੀਂ ਗੱਲ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਊਂਗਾ। ਦੋਸਤੋ ਸਾਰਿਆਂ ਦੀ ਚੜ੍ਹਦੀ ਕਲਾ ਦੀ, ਕਿਸਾਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਾ, ਗੁਰੂ ਮਹਾਰਾਜ ਨੂੰ ਫਤਿਹ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।